ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਾਹਿਤ ਸੰਸਾਰ ਦੇ ਵਿੱਚ। ਪਿਛਲੇ ਲੈਕਚਰ ਦੇ ਵਿੱਚ ਅਸੀਂ ਮੁਹਾਵਰੇ ਦੇ ਅਰਥ ਅਤੇ ਉਸ ਦੀ ਪਰਿਭਾਸ਼ਾ ਬਾਰੇ ਚਰਚਾ ਕੀਤੀ ਸੀ। ਇਸ ਲੈਕਚਰ ਦੇ ਵਿੱਚ ਅਸੀਂ ਕੁਝ ਜ਼ਰੂਰੀ ਮੁਹਾਵਰੇ ਅਤੇ ਉਹਨਾਂ ਦੇ ਅਰਥਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਬਣੇ ਰਹੋ ਸਾਡੇ ਇਸ ਲੈਕਚਰ ਦੇ ਨਾਲ, ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਮੁਹਾਵਰਾ ਹੈ ਕੱਖ ਨਾ ਰਹਿਣਾ, ਇਸਦਾ ਅਰਥ ਹੈ ਖੁਰਾ ਖੋਜ ਮਿਟ ਜਾਣਾ। ਅਗਲਾ ਹੈ ਕਈ ਪੱਤਰਾਂ ਦਾ ਪਾਣੀ ਪੀਤਾ ਹੋਣਾ, ਇਸਦਾ ਜੋ ਅਰਥ ਹੈ ਉਹ ਚਲਾਕ ਹੋਣਾ ਹੈ। ਕੱਖ ਭੰਨ ਕੇ ਦੂਰਾ ਨਾ ਕਰਨਾ, ਬਿਲਕੁਲ ਕੰਮ ਨਾ ਕਰਨਾ। ਕੱਖਾਂ ਤੋਂ ਹੌਲਾ ਹੋਣਾ ਭਾਵ ਬੇਇੱਜ਼ਤ ਹੋਣਾ ਹੈ। ਕੱਚਾ ਕਰਨਾ ਸ਼ਰਮਸਾਰ ਕਰਨਾ ਹੈ। ਕੱਚੀਆਂ ਗੋੜੀਆਂ ਖਿੱਡੇ ਹੋਣ ਦਾ ਭਾਵ ਹੈ ਅੱਲੜ ਹੋਣਾ। ਇਸ ਤੋਂ ਬਾਅਦ ਹੈ ਕੱਛਾ ਮਾਰਨਾ, ਕਿਸੇ ਜਿੱਤ ਜਾਂ ਪ੍ਰਾਪਤੀ ਦੀ ਖੁਸ਼ੀ ਨੂੰ ਪ੍ਰਗਟ ਕਰਨਾ ਹੈ। ਕਦਮਾਂ ਹੇਠ ਅੱਖਾਂ ਵਿਛਾਉਣਾ, ਬਹੁਤ ਆਦਰ ਪ੍ਰਗਟ ਕਰਨਾ। ਕੱਪੜਿਆਂ ਤੋਂ ਬਾਹਰ ਹੋਣਾ, ਗੁੱਸੇ ਵਿੱਚ ਭਟਕ ਜਾਣਾ। ਕਬਰ ਕਿਨਾਰੇ ਹੋਣਾ, ਮੌਤ ਦੇ ਨੇੜੇ ਹੋਣਾ ਦਾ ਪ੍ਰਤੀਕ ਹੈ। ਉਸ ਤੋਂ ਬਾਅਦ ਹੈ ਕਬਰਾਂ ਦੇ ਮੁਰਦੇ ਪੁੱਟਣਾ, ਪੁਰਾਣੀਆਂ ਅਣਸੁਖਾਵੀਆਂ ਗੱਲਾਂ ਨੂੰ ਛੇੜਨਾ। ਕਮਰ ਕੱਸੇ ਕਰਨਾ, ਤਿਆਰ ਬਰ ਤਿਆਰ ਹੋਣਾ। ਇਸ ਤੋਂ ਬਾਅਦ ਹੈ ਕਰਮਾਂ ਨੂੰ ਰੋਣਾ, ਆਪਣੀ ਮਾੜੀ ਹਾਲਤ ਤੇ ਦੁਖੀ ਹੋਣਾ। ਕਮਲ ਦਾ ਫੁੱਲ ਹੋਣਾ, ਭੈੜੀਆਂ ਤੋਂ ਭੈੜੀਆਂ ਪ੍ਰਸਥਿਤੀਆਂ ਵਿੱਚ ਚੰਗਾ ਮਨੁੱਖ ਬਣੇ ਰਹਿਣਾ। ਇਸ ਤੋਂ ਬਾਅਦ ਹੈ ਕਲੇਜਾ ਕੰਬ ਜਾਣਾ, ਘਬਰਾ ਜਾਣਾ ਜਾਂ ਡਰ ਜਾਣਾ। ਕਲੇਜਾ ਫੜ ਕੇ ਬਹਿ ਜਾਣਾ, ਦੁੱਖ ਵਿੱਚ ਗਰਸੇ ਜਾਣਾ। ਕਲੇਜਾ ਵਿੰਨਿਆ ਜਾਣਾ, ਬਹੁਤ ਦੁੱਖ ਹੋਣਾ। ਕਲੇਜੇ ਭਾਂਬੜ ਬਲਣਾ, ਕ੍ਰੋਧ ਵਿੱਚ ਆਉਣਾ। ਕਾਇਆ ਪਲਟ ਦੇਣਾ, ਨਵਾਂ ਨਰੋਇਆ ਕਰ ਦੇਣਾ ਜਾਂ ਬਿਲਕੁਲ ਹੀ ਬਦਲ ਦੇਣਾ। ਇਸ ਤੋਂ ਬਾਅਦ ਹੈ ਕਾਂਜੀ ਘੋਲਣਾ, ਬੇਸਵਾਦੀ ਕਰਨਾ ਹੈ। ਇਸ ਤੋਂ ਬਾਅਦ ਅਗਲਾ ਮੁਹਾਵਰਾ ਹੈ ਕਾਰਾ ਹੋ ਜਾਣਾ, ਭਾਵ ਬਹੁਤ ਹੀ ਬੁਰੀ ਗੱਲ ਵਾਪਰ ਜਾਣਾ। ਕਾਲਜੇ ਛੁਰੀਆਂ ਮਾਰਨਾ, ਕਿਸੇ ਨੂੰ ਚੁਭਵੀਆਂ ਗੱਲਾਂ ਕਹਿਣਾ ਹੈ। ਕਾਵਾਂ ਰੌਲੀ ਪਾਉਣਾ, ਇੱਕ ਦੂਜੇ ਦੀ ਨਾ ਸੁਣ ਕੇ ਆਪੋ ਆਪਣੀ ਕਹੀ ਜਾਣਾ। ਪਲ ਵਿੱਚ ਤੋਲਾ, ਪਲ ਵਿੱਚ ਮਾਸਾ, ਜਲਦੀ ਮਨ ਬਦਲਦੇ ਰਹਿਣਾ। ਕੀਤੀ ਕਰਾਈ ਖੂਹ 'ਚ ਪਾਉਣਾ, ਕੀਤੀ ਮਿਹਨਤ ਵਿਅਰਥ ਜਾਣਾ। ਕੁੱਜੇ ਵਿੱਚ ਸਮੁੰਦਰ ਬੰਦ ਕਰਨਾ, ਭਾਵ ਵੱਡੀ ਗੱਲ ਨੂੰ ਬਹੁਤ ਹੀ ਸੰਖੇਪ ਵਿੱਚ ਕਹਿਣਾ। ਕੁੱਤੇ ਦੀ ਮੌਤ ਮਰਨਾ, ਬਹੁਤ ਮੰਦੇ ਹਾਲੀ ਮਰਨਾ। ਇਸ ਤੋਂ ਬਾਅਦ ਹੈ ਕੁੱਬੇ ਨੂੰ ਲੱਤ ਰਾਸ ਆਉਣਾ, ਭਾਵ ਭੈੜੇ ਵਰਤਾਓ ਵਿੱਚੋਂ ਵੀ ਲਾਭ ਹੋ ਜਾਣਾ। ਕੋਠੇ ਜਿੱਡੀ ਹੋਣਾ, ਮੁਟਿਆਰ ਹੋ ਜਾਣਾ। ਕੌੜਾ ਘੁੱਟ ਭਰਨਾ, ਅਣਚਾਹੀ ਗੱਲ ਨੂੰ ਬੇਵਸੀ ਵਿੱਚ ਪ੍ਰਵਾਨ ਕਰਨਾ ਹੈ। ਕੰਘਾ ਹੋ ਜਾਣਾ, ਭਾਵ ਬਰਬਾਦ ਹੋ ਜਾਣਾ। ਕੰਡ ਲਾਉਣਾ, ਹਰਾ ਦੇਣਾ। ਕੰਢੇ ਬੀਜਣਾ, ਕਿਸੇ ਅੱਗੇ ਰੁਕਾਵਟਾਂ ਖੜੀਆਂ ਕਰਨੀਆਂ। ਇਸ ਤੋਂ ਬਾਅਦ ਹੈ ਕੰਧਾਂ ਨਾਲ ਗੱਲਾਂ ਕਰਨੀਆਂ, ਭਾਵ ਇਕੱਲਿਆਂ ਹੀ ਬੋਲੀ ਜਾਣਾ। ਕੰਨ ਖੜੇ ਹੋਣਾ, ਚੌਕਸ ਹੋਣਾ ਹੈ। ਕੰਨ 'ਤੇ ਜੂੰ ਨਾ ਸਰਕਣੀ, ਕੋਈ ਅਸਰ ਨਾ ਹੋਣਾ। ਕੰਨ ਧਰਨਾ, ਭਾਵ ਧਿਆਨ ਦੇਣਾ। ਕੰਨ ਪਈ ਆਵਾਜ਼ ਸੁਣਾਈ ਨਾ ਦੇਣੀ, ਬਹੁਤੇ ਸ਼ੋਰ ਕਰਨ ਕੁਝ ਵੀ ਸੁਣਾਈ ਨਾ ਦੇਣਾ। ਕੰਨ ਭਰਨਾ, ਕਿਸੇ ਦੇ ਵਿਰੁੱਧ ਵਧਾ ਚੜ੍ਹਾ ਕੇ ਗੱਲਾਂ ਕਰਨੀਆਂ ਜਾਂ ਚੁਗਲੀਆਂ ਕਰਨੀਆਂ। ਇਸ ਤੋਂ ਬਾਅਦ ਹੈ ਕੰਨ ਵੱਟ ਕੇ ਤੁਰਨਾ, ਕਿਸੇ ਦੀ ਨਾ ਸੁਣਨਾ ਅਤੇ ਕੰਨਾਂ ਤੀਕ ਮੂੰਹ ਪੱਟਣਾ, ਮੂੰਹ ਫਟਾਉਣਾ ਹੈ। ਦੋਸਤੋ, ਇਹ ਸਨ ਕੁਝ ਬਹੁਤ ਹੀ ਜ਼ਰੂਰੀ ਮੁਹਾਵਰੇ ਅਤੇ ਉਹਨਾਂ ਦੇ ਅਰਥ। ਉਮੀਦ ਕਰਦੇ ਹਾਂ ਇਹ ਲੈਕਚਰ ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇਗਾ। ਇਸੇ ਤਰ੍ਹਾਂ ਦੇ ਹੋਰ ਲੈਕਚਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਹਿਤ ਸੰਸਾਰ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾ ਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰੋ। ਧੰਨਵਾਦ।